ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਗੋਰੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗੱਡੀ ਚਲਾਉਣ ਵੇਲੇ ਗੋਰੇ ਦੇ ਨਾਲ ਬਹਿਸ ਹੋਈ ਤਾਂ ਤਾਬੜਤੋੜ ਗੋਲੀਆਂ ਚਲਾ ਕੇ 32 ਸਾਲ ਦੇ ਗੁਰਪ੍ਰੀਤ ਸਿੰਘ ਗੋਪਾ ਦਾ ਕਤਲ ਕੀਤਾ ਗਿਆ। ਹਾਲੇ 12 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ, ਉੱਥੇ ਟਰੱਕ ਚਲਾਉਂਦਾ ਸੀ। ਦੱਸਦੀਏ ਕਿ ਪੈਸੇ ਕਮਾ ਕੇ ਕੋਠੀ ਵੀ ਪਾਈ, ਪਰ ਕੋਠੀ ਦੇ ਵਿੱਚ ਰਹਿਣ ਦਾ ਹੁਕਮ ਨਾ ਹੋਇਆ। ਪੰਜਾਬ ਦੇ ਵਿੱਚ ਬੈਠਾ ਪਰਿਵਾਰ ਰੋ ਰੋ ਕੇ ਬੇਹਾਲ ਹੈ। ਤਾਂ ਦੱਸਦੀਏ ਕਿ ਹੁਸ਼ਿਆਰਪੁਰ ਫਗਵਾੜਾ ਮਾਰਗ ਤੇ ਸਥਿਤ ਪਿੰਡ ਅੱਤੋਵਾਲ ਦੇ ਇੱਕ ਨੌਜਵਾਨ ਦਾ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੋਪਾ ਵਜੋਂ ਹੋਈ, ਜਿਸ ਦੀ ਉਮਰ 32 ਸਾਲ ਦੀ ਸੀ। ਜਿਵੇਂ ਹੀ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ 12 ਸਾਲ ਪਹਿਲਾਂ ਅਮਰੀਕਾ ਗਿਆ ਸੀ, ਉੱਥੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨੀ ਗੱਡੀ ਚਲਾਉਂਦਿਆਂ ਦੌਰਾਨ ਇੱਕ ਗੋਰੇ ਦੇ ਨਾਲ ਮਾਮੂਲੀ ਤਕਰਾਰ ਹੋਈ, ਜਿਸ ਤੋਂ ਬਾਅਦ ਗੋਰੇ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੁਰਪ੍ਰੀਤ ਸਿੰਘ ਗੋਪਾ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਪਿੰਡ ਲਿਆਂਦਾ ਜਾਵੇ ਤਾਂ ਜੋ ਉਹ ਹੱਥੀਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ। 32 ਸਾਲ ਦੇ ਹੋ, ਠੀਕ ਹੈ ਜੀ। ਇਹ ਕਿਹੜੀ ਜਗ੍ਹਾ ਗਏ ਹੋਏ ਸੀਗੇ? ਕੈਲੀਫੋਰਨੀਆ, ਅਮਰੀਕਾ 'ਚ। ਹਾਂ, ਅਮਰੀਕਾ। ਕੀ ਗੱਲਬਾਤ ਹੋਈ ਉੱਥੇ ਸਤਨਾਮ ਸਿੰਘ ਜੀ ਨਾਲ? ਗੱਲਬਾਤ ਉੱਥੇ ਕੁਛ ਨਹੀਂ ਹੋਈ, ਬਸ ਟਰੱਕ ਚਲਾਉਂਦੇ ਸੀ ਅਤੇ ਟਰੱਕ ਚਲਾਉਂਦੇ ਤਾਂ ਉੱਧਰ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਅਤੇ ਉਹਦੇ ਨਾਲ ਸ਼ੀਸ਼ਾ ਡਾਊਨ ਕਰਕੇ ਇੱਕ ਦੂਜੇ ਨਾਲ ਥੋੜ੍ਹਾ ਬਹੁਤਾ ਤਕਰਾਰ ਹੋਇਆ ਅਤੇ ਤਕਰਾਰ ਹੋ ਕੇ ਤਾਂ ਉਹ ਕਹਿੰਦਾ ਰੁਕ ਜਾ, ਉਹ ਕਹਿੰਦਾ ਤੂੰ ਵੀ ਰੁਕ ਜਾ, ਉਹ ਵੀ ਰੁਕ ਗਿਆ, ਉਹ ਵੀ ਰੁਕ ਗਿਆ। ਉਹ ਉੱਧਰ ਨੂੰ ਉਹਦੇ ਵੱਲ ਨੂੰ ਗਿਆ ਅਤੇ ਉਹਦੀ ਛੋਟੀ ਗੱਡੀ ਸੀ, ਉਹਨੂੰ ਗੰਨ ਕੱਢ ਰਹੀ, ਉਹ ਜਿਹਦੇ ਇਹਨੂੰ ਦੇਖੀ ਗੰਨ, ਇਹ ਦੌੜ ਪਿਆ ਪਿੱਛੇ ਨੂੰ। ਉਹਨੂੰ ਉਸੇ ਵੇਲੇ ਬਰਸਟ ਮਾਰਿਆ, ਇਹ ਪਿੱਛੇ ਫਿਰ ਢੂਹੀ 'ਚ ਗੋਲੀਆਂ ਵੱਜੀਆਂ ਬੈਕ ਸਾਈਡ 'ਤੇ, ਅੱਠ ਗੋਲੀਆਂ। ਠੀਕ ਹੈ ਜੀ। ਅਤੇ ਮੌਕੇ 'ਤੇ ਡੈਥ ਹੋ ਗਈ। ਪਿਛਲੇ ਕਿੰਨੇ ਸਮੇਂ ਤੋਂ ਗਏ ਹੋਏ ਸੀ ਭਾਜੀ ਹੁਣੇ ਉੱਥੇ? ਇਹ 12 ਸਾਲ ਤੋਂ। ਇਹ ਵਿਆਹੇ ਹੋਏ ਸੀਗੇ? ਨਹੀਂ, ਕੁਆਰੇ ਸੀ। ਇਹਨਾਂ ਦੇ ਘਰ ਦੇ ਵਿੱਚ ਕੌਣ ਕੌਣ ਆ ਜੀ? ਇਹਨਾਂ ਦੀ ਮਾਤਾ ਆ, ਬਸ ਕੱਲੀ ਮਾਤਾ ਹੀ ਆ। ਘਰ ਦੇ ਵਿੱਚ ਕੌਣ ਕੌਣ ਆ ਜੀ? ਮਾਤਾ ਆ ਬਸ ਇਹਨਾਂ ਦੀ, ਅਤੇ ਫਾਦਰ ਸਾਹਿਬ ਹੈ ਨਹੀਂ? ਫਾਦਰ ਡੈਥ ਹੋ ਗਏ ਇਹਨਾਂ। ਠੀਕ ਆ ਜੀ। ਇਹ ਹੋਰ ਵੀ ਭੈਣ ਭਰਾ ਨੇ? ਇਹ ਇੱਕ ਭਰਾ ਇਹਨਾਂ ਦਾ, ਉਹ ਇਕੱਠੇ ਉੱਥੇ ਰਹਿੰਦੇ ਆ। ਅੱਛਾ, ਉਹ ਵੀ ਅਮਰੀਕਾ 'ਚ? ਹਾਂ, ਇੱਕ। ਉੱਥੇ ਕੁਛ ਲੱਗਿਆ ਪਤਾ ਕਿ ਪੁਲਿਸ ਨੇ ਜਿਹਨੇ ਗੋਲੀਆਂ ਚਲਾਈਆਂ ਉਹਨੂੰ ਫੜ ਲਿਆ ਜਾਂ ਨਹੀਂ? ਹਾਲ ਤੱਕ ਕੋਈ ਉਹਦੀ ਨਹੀਂ ਪਤਾ ਲੱਗਾ, ਇਹਨਾਂ ਨੂੰ ਫੜਿਆ ਨਹੀਂ ਜਾਂਦੇ, ਹੱਥ ਨਹੀਂ ਆਇਆ ਉਹ। ਕੀ ਮੰਗ ਕਰਦੇ ਹੋ ਸਰਕਾਰ ਤੋਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਉਹਨੂੰ ਫੜ ਕੇ ਸਜ਼ਾ ਸਖ਼ਤ ਤੋਂ ਸਖ਼ਤ ਦਿੱਤੀ ਜਾਵੇ ਅਤੇ ਉਹਨੂੰ ਉਨੀ ਸਜ਼ਾ ਜਿੰਨੀ ਉਹਨੂੰ ਮਿਲੀ ਆ ਉਨੀ ਉਹਨੂੰ ਮਿਲੇ, ਬਰਾਬਰ ਸਜ਼ਾ ਹੋਣੀ ਚਾਹੀਦੀ ਹੈ। ਅਤੇ ਪੁੱਤ ਦੀ ਬੋਡੀ ਇੱਥੇ ਕਿੱਦਾਂ ਤੁਸੀਂ ਮੰਗ ਕਰਦੇ ਹੋ ਕਿ ਆਵੇ ਇੱਥੇ? ਹਾਂਜੀ, ਬੋਡੀ ਆ ਜਾਵੇ ਤਾਂ ਫਿਰ ਠੀਕ ਹੈ, ਸਾਨੂੰ ਅਸੀਂ ਵੀ ਮੂੰਹ ਦੇਖ ਲਵਾਂਗੇ। ਅਸੀਂ ਚਾਹੁੰਦੇ ਹਾਂ ਵੀ ਸਾਡਾ ਬੱਚਾ, ਅਸੀਂ ਚਾਹੁੰਦੇ ਹਾਂ ਕਿ ਇੱਥੇ ਆ ਜਾਵੇ ਕੋਈ, ਸਾਡਾ ਬੱਚਾ ਇੱਥੇ ਬੋਡੀ ਆ ਜਾਵੇ। ਹਾਂ, ਅਸੀਂ ਇਹ ਚਾਹੁੰਦੇ ਹਾਂ ਵੀ ਸਾਡਾ ਬੱਚਾ ਇੱਥੋਂ, ਜੋ ਵੀ ਪੰਜਾਬ ਤੋਂ ਜਾਂਦੇ ਆ ਬੱਚੇ ਆਪਣੇ ਕਮਾਈ ਵਾਸਤੇ ਜਾਂਦੇ ਆ, ਸਾਧਨ ਵਾਸਤੇ ਜਾਂਦੇ ਆ ਵੀ ਕਮਾਵਾਂਗੇ, ਘਰ ਦੇ ਵਿੱਚ ਸਭ ਕੁਛ ਦੇਵਾਂਗੇ ਬਣਾਵਾਂਗੇ, ਪਰ ਸਾਡੇ ਬੱਚੇ ਗਏ ਨੂੰ 12 ਸਾਲ ਹੋ ਗਏ ਸੀ, ਜਿਹਦੇ ਵਿੱਚ ਉਹ ਸਿਰਫ 1.5 ਸਾਲ ਹੋ ਗਿਆ ਸੀ, 1.5 ਮਹੀਨਾ ਰਹਿ ਕੇ ਗਿਆ ਸਿਰਫ। ਹੁਣ ਉਹਦਾ ਸਾਦੀ ਦਾ ਵੀ ਬਣਾਉਣ ਦਾ ਇੰਤਜ਼ਾਮ ਹੋ ਰਿਹਾ ਸੀ, ਇਸ 20 ਤਰੀਕ ਤੱਕ ਜਿਹੜੀ ਮੋਹਰੇ ਆ ਰਹੀ ਆ,
ਅਤੇ ਇਹ ਰੱਬ ਦਾ ਭਾਣਾ ਹੋਇਆ। ਸਾਡਾ ਬੱਚਾ ਬਹੁਤ ਅੱਛਾ ਸੀਗਾ, ਬਹੁਤ ਭਲਾ ਮਾਣ ਸੀਗਾ, 32 ਸਾਲ ਦੀ ਸਾਰੀ ਹਜੇ ਇਹਦੀ ਉਮਰ ਸੀਗੀ। ਉਹਦੇ ਭਰਾ ਵਿਆਹ ਹੋਏ ਨੂੰ ਅਜੇ 1.5 ਸਾਲ ਹੋਇਆ, ਉਹ ਵੀ ਲੜਕੀ ਇੱਥੇ ਰਹਿੰਦੀ ਹੈ, ਉਹਦਾ ਕਾਗਜ਼ ਪੱਤਰ ਬਣਨਾ ਸੀ ਅਤੇ ਉਹਨੇ ਵੀ ਬਾਹਰ ਜਾਣਾ ਸੀ, ਪਰ ਰੱਬ ਨੇ ਭਾਣਾ ਇੱਦਾਂ ਨਾ ਵਰਤਿਆ, ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਪੈ ਗਿਆ। ਸਾਰੇ ਉਹਦੇ ਦੋਸਤ ਮਿੱਤਰ ਰੋਂਦੇ ਆ, ਪਰਿਵਾਰ ਸਾਰਾ ਰੋਂਦਾ, ਸਭ ਅਸੀਂ ਵੀ ਰੋਂਦੇ ਹਾਂ, ਸਮਝ ਲਓ ਸਾਰੇ। ਹਾਂਜੀ, ਮੰਗਣੀ ਹੋਈ ਸੀਗੀ ਜੀ, ਹਾਂ ਅਗਲੇ ਮਹੀਨੇ ਅੰਮ੍ਰਿਤਸਰ ਤੋਂ ਇਹ ਰਿਸ਼ਤਾ ਹੋਇਆ ਸੀ, ਗੁੱਡੀ ਬਾਹਰ ਆ ਕਨੇਡਾ ਦੇ ਵਿੱਚ ਆ। ਅਤੇ ਆਪਾਂ ਚਰਨ ਸਿੰਘ ਜੀ ਕਿੱਦਾਂ ਦੇਖਦੇ ਹੋ ਹੁਸ਼ਿਆਰਪੁਰ ਦੇ ਨੌਜਵਾਨਾਂ ਨਾਲ, ਮੁੰਡਿਆਂ ਨਾਲ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਘਟਨਾਵਾਂ ਵਾਪਰੀਆਂ ਇਸ ਤਰ੍ਹਾਂ ਦੀਆਂ ਜੀ ਇਸ ਤੋਂ ਪਹਿਲਾਂ? ਇਹ ਬਹੁਤ ਵੱਡੀ ਮਾੜੀ ਗੱਲ ਹੈ ਜੀ, ਅਮਰੀਕਾ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੀ ਘਟਨਾਵਾਂ ਪੰਜਾਬ ਦੇ ਬੱਚਿਆਂ 'ਤੇ ਹੋ ਰਹੀਆਂ, ਨੌਜਵਾਨਾਂ 'ਤੇ ਹੋ ਰਹੀਆਂ, ਵੀ ਤਾਂ ਕਮਾਈ ਕਰਨ ਵਾਸਤੇ ਜਾਂਦੇ ਆ, ਪਰ ਇਹ ਘਟਨਾਵਾਂ ਉੱਥੇ ਦੀ ਅਮਰੀਕਾ ਦੀ ਸਰਕਾਰ ਨੂੰ ਰੋਕਣੀਆਂ ਚਾਹੀਦੀਆਂ, ਕੋਈ ਵੀ ਉਹਨਾਂ 'ਤੇ ਪਾਬੰਦੀ ਕੋਈ ਵੀ ਚੀਜ਼ ਲਾਉਣੀ ਚਾਹੀਦੀ ਹੈ। ਇਹ ਘਟਨਾਵਾਂ ਅੱਗੇ ਤੋਂ ਵੱਧ ਵਧਦੀਆਂ ਜਾ ਰਹੀਆਂ, ਇਹ 'ਤੇ ਅਸੀਂ ਮੰਗ ਕਰਦੇ ਹਾਂ ਵੀ ਇਹ ਘਟਨਾਵਾਂ ਦੇ ਉੱਤੇ ਨੱਥ ਪਾਈ ਜਾਣੀ ਚਾਹੀਦੀ ਆ, ਅਤੇ ਬੱਚੇ ਕਮਾਉਣ ਵਾਸਤੇ ਜਾਂਦੇ ਆ, ਅਤੇ ਬੱਚਾ ਸਾਡਾ ਬਹੁਤ ਅੱਛਾ ਸੀਗਾ, ਚੰਗਾ ਸੀਗਾ। ਪਿੰਡ 'ਤੇ ਤੁਸੀਂ ਰਹਿਣ ਵਾਲੇ ਹੋ, ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ? ਪਰਿਵਾਰ ਦੇ ਪਹਿਲਾਂ ਦੇਖੋ ਗਰੀਬ ਸੀਗੇ ਬਹੁਤ ਜ਼ਿਆਦਾ, ਬੱਚਿਆਂ ਨੂੰ ਜ਼ਮੀਨ ਵੇਚ ਕੇ ਭੇਜਿਆ ਬਾਹਰ, ਬੱਚਿਆਂ ਨੇ ਆਪਾਂ ਹੁਣ ਪੈਰ ਜੰਮੇ, ਘਰ ਬਾਰ ਮਕਾਨ ਸੋਹਣਾ ਬਣਾਇਆ, ਪਰ ਬੱਚੇ ਨੂੰ ਹੁਣ ਵਰਤਣ ਦਾ ਹੁਕਮ ਨਹੀਂ ਹੋਇਆ। ਇਹ ਲੱਗਿਆ ਕਦੋਂ ਦੀ ਘਟਨਾ ਜੀ, ਇਹ ਕਿੰਨੀ ਤਰੀਕ ਦੀ ਕੁਛ ਲੱਗਿਆ ਪਤਾ ਜੀ? ਇਹ ਪਰਸੋਂ, ਕਿੰਨੀ ਤਰੀਕ ਸੀ ਪਰਸੋਂ? ਹਾਂ ਇਹ ਪਰਸੋਂ ਘਟਾਉਣਾ ਹੋਇਆ, ਸਾਨੂੰ ਕੱਲ੍ਹ ਪਤਾ ਲੱਗਾ ਜੀ, 24 ਅਪ੍ਰੈਲ ਦੀ। ਹਾਂ ਕੱਲ੍ਹ ਪਤਾ ਲੱਗਾ 6 ਵਜੇ, 6 ਵਜੇ ਇਹਨਾਂ ਦੇ ਇੱਕ ਮਾਮਾ ਜੀ ਉੱਥੇ ਰਹਿੰਦੇ ਆ ਕਨੇਡਾ ਦੇ ਵਿੱਚ, ਉੱਥੋਂ ਅਮਰੀਕਾ ਤੋਂ ਉਹਨਾਂ ਨੂੰ ਫੋਨ ਆਇਆ ਅਤੇ ਉਹਨਾਂ ਨੇ ਸਾਨੂੰ ਇੱਥੇ ਦੱਸਿਆ। ਮੰਗ ਕੀ ਕਰਦੇ ਹੁਣ? ਹੁਣ ਅਸੀਂ ਮੰਗ ਇਹ ਕਰਦੇ ਹਾਂ ਵੀ ਜਿਹੜਾ ਸਾਡਾ ਬੱਚਾ ਆ ਉਹਦੀ ਜਿਹੜੀ ਡੈੱਡ ਬੋਡੀ ਹੈ ਉਹ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਉੱਤੋਂ ਆਉਣੀ ਚਾਹੀਦੀ ਆ ਪੰਜਾਬ ਦੇ ਵਿੱਚ, ਅਤੇ ਉੱਥੇ ਦੀ ਸਰਕਾਰ ਨੂੰ ਚਾਹੀਦਾ ਵੀ ਅਸੀਂ ਐਡਾ ਵੱਡਾ ਸਾਨੂੰ ਸਦਮਾ ਹੋ ਗਿਆ, ਸਾਡਾ ਬੱਚਾ ਇੱਥੇ ਜ਼ਰੂਰ ਆਉਣਾ ਚਾਹੀਦਾ ਕਿ ਅਸੀਂ ਸਾਰੇ ਜਣੇ ਦੇਖ ਲਈਏ ਉਸ ਬੱਚੇ ਨੂੰ, ਸਾਡੇ ਮਨ ਨੂੰ ਕੁਛ ਨਾ ਕੁਛ ਸ਼ਾਂਤੀ ਮਿਲ ਸਕਦੀ ਹੈ। ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਲਈ, ਬਹੁਤ ਸੋਗ ਵਾਲੀ ਗੱਲ ਆ। ਕੱਲ੍ਹ ਦਾ ਸਾਡੇ ਪਿੰਡ 'ਚ ਕਿਸੇ ਨੇ ਵੀ ਬਹੁਤਾ ਹੱਸ ਕੇ ਨਹੀਂ ਦੇਖਿਆ, ਕਿਸੇ ਦਾ ਚੁੱਲ੍ਹਾ ਨਹੀਂ ਬਲਿਆ, ਬਹੁਤ ਮੰਦਭਾਗੀ ਘਟਨਾ ਇਹ। ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਜੋ ਵੀ ਸਾਡੇ ਪੰਜਾਬੀ ਭਰਾਵਾਂ ਨਾਲ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ, ਅਮੈਰੀਕਨ ਸਰਕਾਰ ਨੂੰ ਇਹ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ, ਸਖਤ ਕਦਮ ਚੁੱਕਣੇ ਚਾਹੀਦੇ ਆ, ਜੋ ਵੀ ਆ ਇਹਨੂੰ ਇਹ ਵਾਰਦਾਤ ਜਿੰਨ ਵੀ ਕੀਤੀ ਇਹਨੂੰ ਪੜ੍ਹ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਲੰਬੜਦਾਰ ਸਾਹਿਬ ਪਤਾ ਲੱਗਿਆ ਕਿ ਉੱਧਰ ਕਿਹੜੇ ਵਿਅਕਤੀ ਵੱਲੋਂ ਗੋਰਾ ਸੀਗਾ ਜਾਂ ਕਾਲਾ ਸੀਗਾ? ਅਜੇ ਕੋਈ ਕਨਫਰਮ ਨਹੀਂ ਹੋ ਸਕਿਆ ਜੀ, ਸੀਗਾ ਕੋਈ ਵਿਅਕਤੀ ਕੋਈ ਗੋਰਾ ਦੱਸ ਰਹੇ ਆ, ਬਾਕੀ ਉਹਦੇ ਬ੍ਰਦਰ ਨਾਲ ਕਟਾਈ ਆਪਣੇ ਹੋਇਆ, ਜਦੋਂ ਹੋਊਗਾ ਫਿਰ ਤੁਹਾਨੂੰ ਦੱਸ ਦਾਂਗੇ। ਕੀ ਮੰਗ ਕਰਦੇ ਹੋ ਸਰਕਾਰ ਤੋਂ, ਭਾਰਤ ਸਰਕਾਰ ਤੋਂ ਜਾਂ ਉੱਧਰਲੀ ਸਰਕਾਰ ਤੋਂ? ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਨੇ ਇੱਥੇ ਇੰਡੀਆ ਬੋਡੀ ਆ ਜਾਵੇ, ਉਹਦੀ ਮੰਮੀ ਇੱਥੇ ਆ, ਉਹਨਾਂ ਦੇ ਮਾਮਾ ਜੀ ਆ, ਸਾਰੇ ਆਪਣਾ ਸਾਡੇ ਪਰਿਵਾਰ ਸਾਰੇ ਦੋਸਤ ਮਿੱਤਰ ਜਿੰਨੇ ਵੀ ਉਹਦਾ ਆਖਰੀ ਵਾਰ ਦਰਸ਼ਨ ਕਰ ਲੈਣ। ਬਸ ਸਾਡੀ ਇਹ ਮੰਗ ਹੈ ਵੀ ਉਹਦੀ ਬੋਡੀ ਇੰਡੀਆ ਆਉਣੀ ਚਾਹੀਦੀ ਹੈ, ਇੱਥੇ ਪੰਜਾਬ ਆਉਣੀ ਚਾਹੀਦੀ ਹੈ।